ਤੋ ਮੈਂ ਸਮਝਣਾ ਕਿ ਇਹ ਸਰਕਾਰ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ। ਪੰਥਕ ਤੌਰ 'ਤੇ ਅਸੀਂ ਜੇ ਗੱਲ ਕਰੀਏ, ਸਾਰੇ ਮਯੂਸ ਹੋਏ ਬੈਠੇ ਆ ਵੀ ਇਹ ਸਰਕਾਰ ਤੋਂ ਜੋ ਆਸਾਂ ਲਾ ਕੇ ਲੋਕਾਂ ਨੇ ਵੋਟਾਂ ਪਾਈਆਂ ਸੀ ਉਹਨੂੰ ਬਿਲਕੁਲ ਬੂਰ ਪੈਂਦਾ ਹੀ ਨਜ਼ਰ ਨਹੀਂ ਆ ਰਿਹਾ, ਸਗੋਂ ਉਲਟ ਕਾਰਨਾਮੇ ਸ਼ੁਰੂ ਕਰ ਦਿੱਤੇ ਇਹਨਾਂ ਨੇ। ਕਰਪਸ਼ਨ ਦਾ ਬੋਲਬਾਲਾ ਵੱਡੇ ਪੱਧਰ 'ਤੇ ਚੱਲ ਰਿਹਾ, ਜਿਹੜਾ ਵੱਡਾ ਮੁੱਦਾ ਬਣਾ ਕੇ ਪੰਜਾਬ ਦੇ ਵਿੱਚ ਸਰਕਾਰ ਲੈ ਕੇ ਆਏ ਸੀ, ਬਦਲਾਓ ਦੀਆਂ ਗੱਲਾਂ ਕਰਦੇ ਸੀ, ਪਰ ਅੱਜ ਕਿਤੇ ਵੀ ਉਹ ਬਦਲਾਓ ਨਜ਼ਰ ਨਹੀਂ ਆ ਰਿਹਾ। ਹਾਂ, ਬਦਲਾਓ ਇਹ ਜ਼ਰੂਰ ਹੋ ਗਿਆ ਕਿ ਆਪਣੀ ਐਸ਼ੋ ਆਰਾਮ, ਆਪਣੇ ਹੋਰ ਰਿਸ਼ਵਤ ਦੇ ਧੰਦਿਆਂ ਨੂੰ ਕਿਵੇਂ ਪਨਪਣੀਆਂ, ਉਹ ਬਦਲਾਓ ਜ਼ਰੂਰ ਆ ਗਿਆ ਕਿ ਵੱਡੇ ਪੱਧਰ 'ਤੇ ਜਿੰਨੇ ਵੀ ਇਹਨਾਂ ਦੇ MLA ਆ, ਜਿੰਨੇ ਇਹਨਾਂ ਦੇ ਆਗੂ ਆ, ਉਹ ਰਿਸ਼ਵਤਾਂ ਲੈ ਕੇ ਵੱਡੇ ਵੱਡੇ ਆਪਣੇ ਫਾਰਮ ਖਰੀਦ ਰਿਹਾ। ਲੋਕਾਂ ਦੀ ਕੋਈ ਪਰਵਾਹ ਨਹੀਂ, ਕਿਸਾਨ ਅੱਜ ਬੇਤਹਾਸ਼ਾ ਲੁੱਟਿਆ ਜਾ ਰਿਹਾ, ਅੱਜ ਕਿਸਾਨ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ। ਪੰਜਾਬ ਬਚਾਓ ਯਾਤਰਾ, ਉਸ ਦਾ ਅਸਰ ਜਿਹੜਾ ਲੋਕਾਂ 'ਚ ਪੈ ਰਿਹਾ ਹੈ? ਬਿਲਕੁਲ, ਇਲੈਕਸ਼ਨ 'ਚ ਵੱਡਾ ਪ੍ਰਭਾਵ ਪਏਗਾ। ਅੱਜ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਆ, ਉਹ ਖੜਨ ਤੋਂ ਡਰ ਰਿਹਾ। ਸ਼੍ਰੋਮਣੀ ਅਕਾਲੀ ਦਲ ਵੱਲੋਂ 2 ਫਰਵਰੀ ਤੋਂ ਸ਼ੁਰੂ ਕੀਤੀ ਹੋਈ ਅਟਾਰੀ ਬਾਰਡਰ ਤੋਂ ਪੰਜਾਬ ਬਚਾਓ ਯਾਤਰਾ ਪਟਿਆਲਾ ਜ਼ਿਲ੍ਹਾ ਵਿੱਚ ਪਹੁੰਚੀ ਹੈ ਅਤੇ ਪਟਿਆਲੇ ਦੇ ਕਸਬਾ ਦੇਵੀਗੜ੍ਹ 'ਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੁਝ ਹੀ ਸਮੇਂ 'ਚ ਪਹੁੰਚਣ ਵਾਲੇ ਆ ਅਤੇ ਅਗਵਾਈ ਕਰਨਗੇ ਪੰਜਾਬ ਬਚਾਓ ਯਾਤਰਾ ਦੀ। ਤਾਂ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਪੂਰਾ ਠਾਠਾ ਮਾਰਦਾ ਹੋਇਆ ਇਕੱਠ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਅਤੇ ਪੂਰਾ ਉਤਸ਼ਾਹ ਜਿਹੜਾ ਨੌਜਵਾਨੀ ਵਿੱਚ ਦਿਖਾਈ ਦੇ ਰਿਹਾ। ਤਾਂ ਉੱਥੇ ਜੇਕਰ ਗੱਲ ਕਰੀਏ ਕਿ ਚੋਣਾਂ ਦਾ ਵਿਗਲ ਵੱਜਿਆ ਹੋਇਆ ਅਤੇ ਚੋਣਾਂ ਦੇ ਵਿਗਲ ਦਰਮਿਆਨ ਹੀ ਇਹ ਯਾਤਰਾ ਜਿਹੜੀ ਦਿਖਾਈ ਦੇ ਰਹੀ ਹੈ, ਅਤੇ ਇਸ ਦਾ ਕਿੰਨਾ ਕੁ ਅਸਰ ਪਵੇਗਾ ਚੋਣਾਂ ਦਰਮਿਆਨ ਉਹ ਵੱਖ ਜਿਹੜਾ ਦੇਖਣ ਵਾਲੀ ਗੱਲ ਹੋਏਗੀ। ਤਾਂ ਅਜਿਹੇ ਵਿੱਚ ਆਗੂ ਨੇ ਅਕਾਲੀ ਦਲ ਦੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰਾਂਗੇ। ਤਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਦੇਵੀਗੜ੍ਹ ਵਿੱਚ ਪੂਰੀ ਤਰ੍ਹਾਂ ਇਕੱਠ ਹੈ ਜਿਹੜਾ ਅਕਾਲੀ ਦਲ ਦੇ ਵਰਕਰਾਂ ਦਾ ਉਹ ਦਿਖਾਈ ਦੇ ਰਿਹਾ। ਅਤੇ ਉੱਥੇ ਜੇਕਰ ਗੱਲ ਕਰੀਏ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਟਾਰੀ ਬਾਰਡਰ ਤੋਂ ਇਹ ਜਿਹੜੀ ਆ ਅਟਾਰੀ ਕਸਬੇ ਤੋਂ ਸ਼ੁਰੂ ਕੀਤੀ ਹੋਈ ਯਾਤਰਾ ਅੱਜ ਪਟਿਆਲਾ 'ਚ ਪਹੁੰਚੀ ਹੈ। ਤਾਂ ਇਸ ਸੰਬੰਧੀ ਜਰਨੈਲ ਸਿੰਘ ਕਰਤਾਰਪੁਰਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਕਰਤਾਰਪੁਰਾ ਸਾਹਿਬ, ਕਿਵੇਂ ਦੇਖਦੇ ਹੋ ਕਿ ਅੱਜ ਪਟਿਆਲੇ 'ਚ ਜਿਹੜੀ ਯਾਤਰਾ ਪਹੁੰਚੀ ਹੈ ਅਤੇ ਕਿੰਨਾ ਕੁ ਉਤਸ਼ਾਹ ਵਰਕਰਾਂ 'ਚ? ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਡੇ ਮਾਣਯੋਗ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜੋ ਪਿਛਲੇ ਸਮੇਂ ਤੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਸੀ, ਉਹ ਪੜਾਅ ਦਰ ਪੜਾਅ ਹੁੰਦੀ ਹੋਈ ਅੱਜ ਜ਼ਿਲ੍ਹਾ ਪਟਿਆਲਾ ਦੇ ਹਲਕਾ ਸਨੌਰ ਵਿਖੇ ਪਹੁੰਚੀ ਆ, ਜਿੱਥੋਂ ਦੀ ਨੁਮਾਇੰਦਗੀ ਕਾਕਾ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਜੀ ਕਰ ਰਹੇ ਨੇ। ਤੋ ਮੈਂ ਸਮਝਣਾ ਕਿ ਇਹ ਸਰਕਾਰ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ। ਪਿਛਲੇ ਸਮੇਂ 'ਚ ਵੱਡੇ ਵੱਡੇ ਲਾਰੇ ਲਾ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਹੋਂਦ ਦੇ ਵਿੱਚ ਆਈ ਸੀ, ਪਰ ਜਦੋਂ ਇਹਨਾਂ ਦਾ ਕਾਰਜਕਾਲ ਦੇਖਿਆ ਅੱਜ ਸਾਰਾ ਵਰਗ, ਚਾਹੇ ਉਹ ਮਜ਼ਦੂਰ ਵਰਗ ਆ, ਚਾਹੇ ਕਿਸਾਨੀ ਵਰਗ ਆ, ਚਾਹੇ ਉਹ ਪੰਥਕ ਤੌਰ 'ਤੇ ਅਸੀਂ ਜੇ ਗੱਲ ਕਰੀਏ, ਸਾਰੇ ਮਯੂਸ ਹੋਏ ਬੈਠੇ ਆ ਵੀ ਇਹ ਸਰਕਾਰ ਤੋਂ ਜੋ ਆਸਾਂ ਲਾ ਕੇ ਲੋਕਾਂ ਨੇ ਵੋਟਾਂ ਪਾਈਆਂ ਸੀ ਉਹਨੂੰ ਬਿਲਕੁਲ ਬੂਰ ਪੈਂਦਾ ਹੀ ਨਜ਼ਰ ਨਹੀਂ ਆ ਰਿਹਾ, ਸਗੋਂ ਉਲਟ ਕਾਰਨਾਮੇ ਸ਼ੁਰੂ ਕਰ ਦਿੱਤੇ ਇਹਨਾਂ ਨੇ। ਕਰਪਸ਼ਨ ਦਾ ਬੋਲਬਾਲਾ ਵੱਡੇ ਪੱਧਰ 'ਤੇ ਚੱਲ ਰਿਹਾ, ਜਿਹੜਾ ਵੱਡਾ ਮੁੱਦਾ ਬਣਾ ਕੇ ਪੰਜਾਬ ਦੇ ਵਿੱਚ ਸਰਕਾਰ ਲੈ ਕੇ ਆਏ ਸੀ, ਬਦਲਾਓ ਦੀਆਂ ਗੱਲਾਂ ਕਰਦੇ ਸੀ, ਪਰ ਅੱਜ ਕਿਤੇ ਵੀ ਉਹ ਬਦਲਾਓ ਨਜ਼ਰ ਨਹੀਂ ਆ ਰਿਹਾ। ਹਾਂ, ਬਦਲਾਓ ਇਹ ਜ਼ਰੂਰ ਹੋ ਗਿਆ ਕਿ ਆਪਣੀ ਐਸ਼ੋ ਆਰਾਮ, ਆਪਣੇ ਹੋਰ ਰਿਸ਼ਵਤ ਦੇ ਧੰਦਿਆਂ ਨੂੰ ਕਿਵੇਂ ਪਨਪਣੀਆਂ, ਉਹ ਬਦਲਾਓ ਜ਼ਰੂਰ ਆ ਗਿਆ ਕਿ ਵੱਡੇ ਪੱਧਰ 'ਤੇ ਜਿੰਨੇ ਵੀ ਇਹਨਾਂ ਦੇ MLA ਆ, ਜਿੰਨੇ ਇਹਨਾਂ ਦੇ ਆਗੂ ਆ, ਉਹ ਰਿਸ਼ਵਤਾਂ ਲੈ ਕੇ ਵੱਡੇ ਵੱਡੇ ਆਪਣੇ ਫਾਰਮ ਖਰੀਦ ਰਿਹਾ। ਲੋਕਾਂ ਦੀ ਕੋਈ ਪਰਵਾਹ ਨਹੀਂ, ਕਿਸਾਨ ਅੱਜ ਬੇਤਹਾਸ਼ਾ ਲੁੱਟਿਆ ਜਾ ਰਿਹਾ, ਅੱਜ ਕਿਸਾਨ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ। ਸੋ ਇਸ ਕਰਕੇ ਸਾਡੇ ਮਾਣਯੋਗ ਪ੍ਰਧਾਨ ਸਰਦਾਰ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਜੋ ਯਾਤਰਾ ਸ਼ੁਰੂ ਕੀਤੀ ਉਹਦੇ ਵਿੱਚ ਤੁਸੀਂ ਦੇਖ ਰਹੇ ਹੋ ਵੱਡੀ ਤਾਦਾਦ ਦੇ ਵਿੱਚ ਲੋਕਾਂ ਦਾ ਹੰਗਾਰਾ ਮਿਲ ਰਿਹਾ।
ਗੱਲ ਕਰੀਏ ਕਿ ਜਿਹੜੀ ਪੰਜਾਬ ਬਚਾਓ ਯਾਤਰਾ, ਉਸ ਦਾ ਅਸਰ ਜਿਹੜਾ ਲੋਕਾਂ 'ਚ ਪੈ ਰਿਹਾ ਹੈ, ਅਤੇ ਇਲੈਕਸ਼ਨ ਦਾ ਕਿੱਦਾਂ ਦਾ ਪ੍ਰਭਾਵ ਰਹੇਗਾ, ਕਿਉਂਕਿ 1 ਜੂਨ ਨੂੰ ਇਲੈਕਸ਼ਨ ਵੀ ਹੋਣ ਜਾ ਰਹੀ ਹੈ ਲੋਕ ਸਭਾ ਦੀ? ਬਿਲਕੁਲ, ਇਲੈਕਸ਼ਨ 'ਚ ਵੱਡਾ ਪ੍ਰਭਾਵ ਪਏਗਾ। ਅੱਜ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਆ ਉਹ ਖੜਨ ਤੋਂ ਡਰ ਰਿਹਾ। ਤੁਸੀਂ ਦੇਖਿਆ ਇਹਨਾਂ ਨੂੰ ਤਾਂ ਕੈਂਡੀਡੇਟ ਹੀ ਨਹੀਂ ਲੱਭ ਰਿਹਾ, ਭੱਜ ਰਿਹਾ ਸਾਰੇ ਇਹਨਾਂ ਦੇ ਕੈਂਡੀਡੇਟ। ਇਹਨਾਂ ਨੂੰ ਦੇਖ ਰਿਹਾ ਜੋ ਇਹਨਾਂ ਨੇ ਬੀਜਿਆ ਹੁਣ ਤੱਕ ਉਹ ਇਹਨਾਂ ਦੇ ਸਾਹਮਣੇ। ਤੋ ਇਸ ਕਰਕੇ ਇਲੈਕਸ਼ਨ 'ਚ ਵੀ ਪ੍ਰਭਾਵ ਪੈਣਾ, ਕਿਉਂਕਿ ਲੋਕ ਸਮਝ ਚੁੱਕੇ ਆ ਕਿ ਜੋ ਇਹ ਬਦਲਾਅ ਦੀਆਂ ਗੱਲਾਂ ਕਰਦੇ ਸੀ ਜਾਂ ਜੋ ਸਾਨੂੰ ਇਹਨਾਂ ਨੇ ਸੁਪਨੇ ਦਿਖਾਏ ਸੀ, ਉਹਦੇ ਤੋਂ ਇਹ ਪਾਰਟੀ ਕੋਹਾਂ ਦੂਰ ਆ, ਨਾ ਇਹਨਾਂ ਦਾ ਕੋਈ ਕੇਡਰ ਬਣਿਆ, ਅੱਜ ਸਾਰੇ ਛੱਡ ਛੱਡ ਕੇ ਭੱਜ ਰਹੇ ਆ। ਤੋ ਮੈਂ ਸਮਝਦਾ ਕਿ ਇਸ ਪਾਰਟੀ ਦੀਆਂ ਜੋ ਗਤੀਵਿਧੀਆਂ ਪੰਜਾਬ ਦੇ ਲੋਕਾਂ ਨੂੰ ਅਵੇਅਰ ਕਰਨਾ ਸਾਡਾ ਜਿੱਥੇ ਫਰਜ਼ ਬਣਦਾ ਵਾ, ਉੱਥੇ ਇਹਨਾਂ ਨੂੰ ਮਜਬੂਰ ਕਰਨਾ ਸੀ ਕਿ ਤੁਸੀਂ ਜਿਹੜੇ ਵਾਅਦੇ ਕੀਤੇ ਆ ਪੰਜਾਬ ਦੇ ਲੋਕਾਂ ਦੇ ਨਾਲ ਉਹਨਾਂ ਨੂੰ ਪੂਰੇ ਵੀ ਕਰੋ। ਅਤੇ ਸ਼੍ਰੋਮਣੀ ਅਕਾਲੀ ਦਲ ਇਹਦੇ ਵਿੱਚ ਅੱਗੇ ਹੋ ਕੇ ਲੜਾਈ ਲੜੇਗਾ, ਲੋਕਾਂ ਦੇ ਹੱਕਾਂ ਦੀ ਲੜਾਈ ਲੜੇਗਾ। ਤਾਂ ਤੁਸੀਂ ਸੁਣਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਕੈਡਰ ਕਹਿ ਸਕਦੇ ਹਾਂ ਜਾਂ ਯੂਥ ਜਿਹੜਾ ਯੂਥ ਵਿੰਗ ਹੈ ਉਹ ਪੂਰੀ ਤਰ੍ਹਾਂ ਇੱਥੇ ਦਿਖਾਈ ਦੇ ਰਿਹਾ। ਤਾਂ ਦੇਵੀਗੜ੍ਹ ਤੋਂ ਜਿਹੜੀ ਅੱਜ ਯਾਤਰਾ ਜਿਹੜੀ ਉਹ ਸ਼ੁਰੂ ਹੋ ਰਹੀ ਹੈ, ਅਤੇ ਇਸ ਹਲਕੇ ਦੀ ਗੱਲ ਕਰੀਏ, ਹਲਕਾ ਸਨੌਰ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਗਵਾਈ ਕਰਦੇ ਆ ਹਰਿੰਦਰਪਾਲ ਸਿੰਘ ਚੰਦੂਮਾਜਰਾ। ਤਾਂ ਉਹਨਾਂ ਵੱਲੋਂ ਜਿਹੜੀ ਆ ਅੱਜ ਇਸ ਜਿਹੜੀ ਪੰਜਾਬ ਬਚਾਓ ਯਾਤਰਾ ਵਿੱਚ ਆਪਣੇ ਵਰਕਰਾਂ ਸਮੇਤ ਜਿਹੜੀ ਆ ਅਗਵਾਈ ਕੀਤੀ ਜਾ ਰਹੀ ਹੈ, ਅਤੇ ਇਸ ਯਾਤਰਾ ਦੀ ਗੱਲ ਕਰੀਏ ਕਿ ਪੰਜਾਬ 'ਚ 2 ਫਰਵਰੀ ਤੋਂ ਅਟਾਰੀ ਕਸਬਾ ਤੋਂ ਜਿਹੜੀ ਆ ਇਹ ਯਾਤਰਾ ਸ਼ੁਰੂ ਹੋਈ ਸੀ, ਅਤੇ ਇਹ ਯਾਤਰਾ ਅੱਜ ਵੱਖ ਵੱਖ ਪੜਾਵਾਂ ਤੋਂ ਹੁੰਦੀ ਹੋਈ ਪਟਿਆਲੇ ਦੇ ਸਨੌਰ ਹਲਕੇ ਦੇਵੀਗੜ੍ਹ ਕਸਬਾ 'ਚ ਇਹ ਪਹੁੰਚੀ ਹੋਈ ਆ, ਅਤੇ ਇੱਥੋਂ ਕੁਝ ਹੀ ਸਮੇਂ ਵਿੱਚ ਸੁਖਬੀਰ ਸਿੰਘ ਬਾਦਲ ਇਸ ਯਾਤਰਾ ਦੀ ਅਗਵਾਈ ਕਰਨਗੇ, ਅਤੇ ਵੱਖ ਵੱਖ ਜਿਹੜੀਆਂ ਤਸਵੀਰਾਂ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ।